ਇਮਾਮ ਹੁਸੈਨ ਬਾਦਸ਼ਾਹ ਦੀ ਕਸਮ, ਜਿਹੜਾ ਬੰਦਾ ਹੁਣ ਤੱਕ ਨਹੀਂ ਬੋਲਿਆ ਉਹ ਆਪਣੀ ਜ਼ੁਬਾਨ ਤੇ ਕੰਟਰੋਲ ਰੱਖੇ, ਆਪਣੇ ਹੱਥ ਤੇ ਕੰਟਰੋਲ ਰੱਖੇ। ਮੈਂ ਬਾਦਸ਼ਾਹ ਦੀ ਸ਼ਾਨ ਦੇ ਸ਼ੇਰ ਤੇ ਪੜ੍ਹਦਾ, ਜਿਹੜਾ ਬੰਦਾ ਬੋਲੇ ਨਹੀਂ ਮਾਲਕ ਰੂਹ ਤਸਦੀਕੀ ਕਰੇ ਨਹੀਂ। ਇਮਾਮ ਹੁਸੈਨ ਦੀ ਕਸਮ, ਇਹ ਸ਼ੇਰ ਮੈਨੂੰ ਇਹ ਪਸੰਦ ਹੈ ਜਿਵੇਂ ਕਾਇਨਾਤ ਦੇ ਬਲੀਆਂ ਚੋਂ ਅਲੀ ਬਾਦਸ਼ਾਹ ਪਸੰਦ ਹੈ। ਮੈਂ ਪਹਿਲਾ ਸ਼ੇਰ ਪੜ੍ਹਿਆ ਹੈ ਜਨਾਬ ਦੇ ਜ਼ਹਿਨ ਨੂੰ ਆਪਣੇ ਕਰੀਬ ਲੈ ਕੇ ਆਉਣ ਦੇ ਵਾਸਤੇ, ਜਿਹੜੇ ਸ਼ੇਰ ਦੀ ਖਾਤਰ ਮੈਂ ਕਸੀਦਾ ਸ਼ੁਰੂ ਕੀਤਾ ਹੈ। ਮੈਨੂੰ ਇਮਾਮ ਹੁਸੈਨ ਦੀ ਕਿਸਮ, ਬੰਦਾ ਦੁਨੀਆਂ ਤੇ ਆਏ ਹੀ ਨਹੀਂ ਜਿਹੜਾ ਬੰਦਾ ਅਦੀਲ ਅਬਾਸ ਦਾ ਬਾਦਸ਼ਾਹ ਦੀ ਸ਼ਾਨ ਦਾ ਸ਼ੇਰ ਸੁਣੇ ਤੇ ਚੁੱਪ ਕਰ ਜਾਏ। ਜਨਾਬ ਦਾ ਮਿਜ਼ਾਜ ਮਿਆਰ ਦੇਖਣਾ ਹੈ। ਉਮਰ ਇਬਨ ਸਾਬ ਕਹਿੰਦਾ, ਹੁਸੈਨ ਤੂੰ ਮੇਰਾ ਦਸਰਦਾਰ ਹੈ, ਮੈਂ ਵੀ ਇਹਨੂੰ ਦਸਰਦਾਰ, ਤੇਰੀ ਤੇ ਮੇਰੀ ਸ਼ਾਨ ਵਿੱਚ ਕਿਹੜਾ ਫਰਕ ਹੈ? ਬਤੂਲ ਦਾ ਪੁੱਤ ਫਰਮਾਇਆ, ਮੇਰਾ ਖਬਰਦਾਰ ਹੈ ਕਬੀ ਨਾ, ਤੇਰੀ ਤੇ ਮੇਰੀ ਸ਼ਾਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਤੇਰੀ ਤੇ ਮੇਰੀ ਸ਼ਾਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਬਾਦਸ਼ਾਹ ਫਰਮਾਇਆ, ਤੇਰੀ ਤੇ ਮੇਰੀ ਸ਼ਾਨ ਵਿੱਚ ਕਮੀ ਤੇ ਸ਼ੈਅਰ ਦਾ ਫਰਕ ਹੈ। ਕਮੀਨਾ
حسین مزید تعارف کرا بطول نہ بکرا بہت بڑا اعلان کر کے فرمے دین ساڈا دشمن میں رب دی ادا تیرا دی ہاں